ਕਿਸਾਨ ਵੀਰੋ ਸਤਿ ਸ਼੍ਰੀ ਅਕਾਲ, ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ। ਸਾਰੀਆਂ ਹੀ ਫਸਲਾਂ ਬਾਰੇ ਆਪਾਂ ਅਲੱਗ ਅਲੱਗ ਟੌਪਿਕ 'ਤੇ ਵੀਡੀਓ 'ਤੇ ਕੰਮ ਕਰਦੇ ਰਹਿੰਦੇ ਹਾਂ, ਪਰ ਨਰਮੇ ਦੇ ਵਿੱਚ ਖੇੜਾ ਦੀ ਸਮੱਸਿਆ ਜਾਂ ਝੋਲਸਰੋ ਦੀ ਸਮੱਸਿਆ, ਬੂਟੇ ਸੁੱਕਣ ਦੀ ਸਮੱਸਿਆ ਜਾਂ ਨਰਮਾ ਪੂਰੇ ਦਾ ਪੂਰਾ ਕਈ ਵਾਰ ਤਬਾਹ ਹੋ ਜਾਂਦਾ, ਕਿੰਨਾ ਕਾਰਨਾਂ ਕਰਕੇ ਹੁੰਦਾ, ਕੀ ਆਪਾਂ ਨੂੰ ਪ੍ਰੀਕੋਸ਼ਨ ਪਹਿਲਾਂ ਹੀ ਕਰਨੇ ਚਾਹੀਦੇ ਆ ਪ੍ਰਬੰਧ, ਜਾਂ ਕੀ ਆਪਾਂ ਬਾਅਦ ਦੇ ਵਿੱਚ ਕਰ ਸਕਦੇ ਹਾਂ, ਕਿਉਂਕਿ ਫੰਗੀਸਾਈਡ ਬਹੁਤ ਜ਼ਿਆਦਾ ਮਹਿੰਗੇ ਆ। ਹਰ ਇੱਕ ਪ੍ਰੋਡਕਟ ਹੀ ਜਿਹੜਾ ਮਾਰਕੀਟ ਦੇ ਵਿੱਚ ਆ ਰਿਹਾ ਆਪਣੇ ਦੇ ਲਈ, ਉਹ ਸਾਰੇ ਹੀ ਮਹਿੰਗੇ ਆ, ਅਤੇ ਉਹਨਾਂ ਨੂੰ ਯੂਜ਼ ਕਰਨ ਦੇ ਵਿੱਚ ਕਈ ਵਾਰੀ ਆਪਾਂ ਲੇਟ ਹੋ ਜਾਂਦੇ ਹਾਂ ਜਾਂ ਜ਼ਿਆਦਾ ਮਾਤਰਾ 'ਚ ਯੂਜ਼ ਕਰ ਦਿੰਦੇ ਹਾਂ ਜਾਂ ਹੋਰ ਕੋਈ ਗਲਤੀਆਂ ਕਰਦੇ ਹਾਂ, ਤਾਂ ਉਹਨਾਂ ਦੇ ਵਿੱਚ ਆਪਾਂ ਜ਼ਰੂਰ ਇਸ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ। ਸਾਰੀ ਵੀਡੀਓ ਨੂੰ ਦੇਖਿਓ ਅਤੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰਿਓ। ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ, ਯੂਟਿਊਬ 'ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਨਰਮੇ ਦੀ ਫਸਲ ਲਗਭਗ ਬਹੁਤ ਜ਼ਿਆਦਾ ਇੱਕ ਲੰਬਾ ਟਾਈਮ ਪੀਰੀਅਡ ਆ, ਜਿਹਦੇ ਵਿੱਚ ਫਲਾਵਰਿੰਗ ਸਟੇਜ ਵੀ ਬਹੁਤ ਜ਼ਿਆਦਾ ਲੰਬੀ ਆ ਅਤੇ ਟਿਲਰਿੰਗ ਸਟੇਜ ਵੀ ਲੰਬੀ ਆ, ਪਰ ਸਟਾਰਟਿੰਗ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਉਂਦੀ ਹੈਗੀ। ਜਦੋਂ ਤੁਹਾਡੀ ਸੈਕਿੰਡ ਫਰੂਟਿੰਗ ਸਟਾਰਟ ਹੁੰਦੀ ਆ, ਦੂਰੀ ਵਾਰ ਨਰਮੇ ਨੂੰ ਫਲ ਲੱਗਣਾ ਸਟਾਰਟ ਹੁੰਦਾ, ਤਾਂ ਉਦੋਂ ਇਹ ਸਮੱਸਿਆ ਆਉਂਦੀ ਹੈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਸਮੱਸਿਆ ਸਪਤੰਬਰ ਦੇ ਸਟਾਰਟਿੰਗ ਸੈਕਿੰਡ ਵੀਕ ਥਰਡ ਵੀਕ ਜ਼ਿਆਦਾ ਆਉਂਦੀ ਆ, ਹਰ ਵਾਰ ਹੀ ਆਉਂਦੀ ਆ ਨਰਮੇ ਦੇ ਵਿੱਚ ਜਦੋਂ ਆਪਣੀ ਫਸਲ ਦੇ ਉੱਤੇ ਸੈਕਿੰਡ ਫਰੂਟਿੰਗ ਸਟਾਰਟ ਹੁੰਦੀ ਆ, ਲੌਜਿੰਗ ਬਹੁਤ ਜ਼ਿਆਦਾ ਹੁੰਦੀ ਆ, ਬੂਕੀ ਡਿੱਗਦੀ ਵੀ ਬਹੁਤ ਜ਼ਿਆਦਾ ਆ, ਫਾਰਮਰ ਕੀ ਕਰਦੇ ਆ, ਫਾਰਮਰ ਉਦੋਂ ਉਸ ਸਮੇਂ ਯੂਰੀਆ ਦੇਣਾ ਬੰਦ ਕਰ ਦਿੰਦੇ ਆ, ਫਾਰਮਰ ਉਸ ਸਮੇਂ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਹਰੇ ਮੱਛਰ ਚਿੱਟੇ ਮੱਛਰ ਨੂੰ ਹੀ ਕੰਟਰੋਲ ਕੀਤਾ ਜਾਵੇ। ਹਰਾ ਚਿੱਟਾ ਮੱਛਰ ਐਡੀ ਵੱਡੀ ਜ਼ਿਆਦਾ ਬਿਮਾਰੀ ਨਹੀਂ ਹੈਗੀ, ਕਿਉਂਕਿ ਜਦੋਂ ਪਲਾਂਟ ਦੇ ਵਿੱਚ ਸੈਪ ਦੀ ਵੈਲਿਊ ਜ਼ਿਆਦਾ ਹੁੰਦੀ ਆ ਤਾਂ ਉਦੋਂ ਹੀ ਇਹ ਪੈਸਟ ਜ਼ਿਆਦਾ ਅਟੈਕ ਕਰਦੇ ਆ, ਜਦੋਂ ਤਰੇਲੀ ਵਾਲਾ ਮੌਸਮ ਆ ਜਾਂਦਾ ਉਦੋਂ ਦੋਨਾਂ ਹੀ ਇਹਨਾਂ ਪੈਸਟਾਂ ਦਾ ਅਟੈਕ ਘੱਟ ਜਾਂਦਾ। ਪਰ ਜਿਹੜੀ ਜ਼ਿਆਦਾ ਓਵਰ ਟਿਲਰਿੰਗ ਕਰਕੇ ਜਾਂ ਓਵਰ ਫਰੂਟਿੰਗ ਕਰਕੇ, ਨਰਮੇ ਦੇ ਵਿੱਚ ਤਾਂ ਆਪਾਂ ਓਵਰ ਫਰੂਟਿੰਗ ਵਰਡ ਹੀ ਯੂਜ਼ ਕਰਾਂਗੇ, ਜਦੋਂ ਜ਼ਿਆਦਾ ਬੂਕੀ ਚੱਕ ਲੈਂਦਾ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪਾਣੀ ਵੀ ਜਿਹੜਾ ਮੇਨਟੇਨ ਆਪਣੇ ਤੋਂ ਨਹੀਂ ਹੁੰਦਾ ਹੈਗਾ, ਹਰ ਆਪਾਂ ਨੂੰ 15 ਦਿਨਾਂ ਬਾਅਦ 21 ਦਿਨਾਂ ਬਾਅਦ ਆਪਣੇ ਖੇਤ ਦੇ ਹਿਸਾਬ ਦੇ ਨਾਲ ਪਾਣੀ ਦੇਣਾ ਪੈਂਦਾ। ਪਾਣੀ ਦੇ ਨਾਲ ਆਪਾਂ ਯੂਰੀਆ ਦੇਣਾ ਚਾਹੀਦਾ, ਕਿਉਂਕਿ ਪਲਾਂਟ ਨੂੰ ਜਿਹੜੀ ਇਨਬਿਲਟ ਨਿਊਟ੍ਰੀਐਂਟ ਅਪਟੇਕ ਆ, ਕਿਉਂਕਿ ਉਹਨੇ ਬਹੁਤ ਜ਼ਿਆਦਾ ਫਰੂਟਿੰਗ ਲੈ ਚੁੱਕੀ ਆ, ਪਕਾ ਚੁੱਕਿਆ, ਕੁਛ ਹੋਰ ਲੈ ਰਿਹਾ, ਪਲਾਂਟ ਦੇ ਵਿੱਚ ਜਿਹੜਾ ਬਰਡਨ ਆ ਉਹ ਜ਼ਿਆਦਾ ਹਰ ਰੋਜ਼ ਵੱਧ ਰਿਹਾ, ਉਹਨੂੰ ਥੱਲਿਓਂ ਵੀ ਨਾਈਟ੍ਰੋਜਨ ਆ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆਪਾਂ ਨੂੰ ਦੇਣੀ ਪਵੇਗੀ। ਲਗਭਗ ਇੱਕ ਕਨਾਲ ਦਾ 2 ਕਿਲੋ ਯੂਰੀਆ, ਜੇ ਬਿੱਘਾ ਤਾਂ 10 ਕਿਲੋ, ਜੇ ਕਿੱਲਾ ਤਾਂ 15-16 ਕਿਲੋ ਜਿਹੜੀ ਯੂਰੀਆ ਪਾਣੀ ਦੇ ਨਾਲ ਦਿੱਤੀ ਜਾ ਸਕਦੀ ਹੈ। ਬਰੀਕ ਯੂਰੀਆ ਛੱਟਾ ਨਾ ਦਿੱਤਾ ਜਾਵੇ, ਕਿਉਂਕਿ ਉੱਪਰ ਤਰੇਲੀ ਦੇ ਪੈਣ ਕਰਕੇ ਪੱਤੇ ਮੱਚ ਸਕਦੇ ਆ, ਉਹ ਵੀ ਫਿਰ ਆਪਾਂ ਨੂੰ ਜਿਹੜਾ ਅੱਗੇ ਜਾ ਕੇ ਨੁਕਸਾਨ ਦੇਵੇਗਾ। ਤੁਸੀਂ ਪਾਣੀ ਦੇ ਵਿੱਚ ਘੋਲੋ ਯੂਰੀਆ ਨੂੰ, 20% ਤੁਹਾਡਾ ਏਰੀਆ ਕਵਰ ਹੋਣ ਤੋਂ ਬਾਅਦ ਤੁਸੀਂ ਉਹਨੂੰ ਪਾਣੀ ਨੂੰ ਚਾਲੂ ਕਰ ਦਿਓ, ਜਦੋਂ 10% ਰਹਿ ਗਏ ਉਦੋਂ ਬੰਦ ਕਰ ਦਿਓ। ਸਾਰਾ ਤੁਸੀਂ ਯੂਰੀਆ ਸਾਰਾ ਲਿਕੁਇਡ ਬਣਾ ਕੇ ਤੁਸੀਂ ਵਾਟਰ ਕੂਲਰ ਦੇ ਵਿੱਚ ਘੋਲ ਕੇ ਦੇ ਦਿਓਗੇ ਤਾਂ ਉਹ ਵੀ ਤੁਹਾਡੇ ਖੇਤ ਦੇ ਵਿੱਚ ਪ੍ਰੋਪਰ ਯੂਟੀਲਾਈਜ਼ ਹੋ ਜਾਵੇਗਾ, ਉਹਦੇ ਵਿੱਚ ਕੋਈ ਦਿੱਕਤ ਨਹੀਂ ਆਵੇਗੀ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਨਰਮੇ ਦੇ ਵਿੱਚ ਜਿਹੜਾ ਹੈਗਾ ਛਾਂ ਬਣੀ ਰਹਿੰਦੀ ਹੈ। ਪਰ ਜਿਹੜੇ ਰੇਤੇ ਵਾਲੇ ਖੇਤ ਆ ਜਾਂ ਦਰਮਿਆਨੀ ਮਿੱਟੀਆਂ ਵਾਲੇ ਖੇਤ ਆ ਜਿਨ੍ਹਾਂ ਦੇ ਵਿੱਚ ਬੈੱਡ ਵੀ ਨਹੀਂ ਪਾਏ ਕਿਸਾਨਾਂ ਨੇ, ਕਿਉਂਕਿ ਪਾਣੀ ਆ ਜਿਹੜਾ ਉਹ ਓਵਰ ਫਲੱਡਿੰਗ ਵੀ ਨਰਮੇ ਵਾਸਤੇ ਮਾੜੀ ਹੈ ਅਤੇ ਸੋਕਾ ਵੀ ਬਹੁਤ ਜ਼ਿਆਦਾ ਮਾੜਾ। ਇਸ ਲਈ ਮੈਂ ਕਹਿਣਾ ਹਰ ਜਿਹੜੀ ਸਪਰੇਅ ਤੁਸੀਂ ਕਰ ਰਹੇ ਹੋ ਉਹਦੇ ਵਿੱਚ 13-045 ਨੂੰ ਯੂਜ਼ ਕਰੋ। ਲਗਭਗ ਹਰੇਕ ਸਪਰੇਅ ਦੇ ਵਿੱਚ ਲਗਭਗ 8-10 ਦਿਨ ਦਾ ਗੈਪ ਰੱਖੋ। ਉਹਦੇ ਵਿੱਚ ਜਿੰਕ ਦੀ ਜਿਹੜੀ ਮਾਤਰਾ ਉਹ ਵੀ ਯੂਜ਼ ਕੀਤੀ ਜਾ ਸਕਦੀ ਹੈ। ਮੈਂ ਤੁਹਾਨੂੰ ਪ੍ਰੋਪਰ ਐਂਡ ਦੇ ਵਿੱਚ ਇੱਕ ਨੋਟੀਫਿਕੇਸ਼ਨ ਵੀ ਦਿਖਾਵਾਂਗਾ ਅਤੇ ਉਹਦੇ ਬਾਰੇ ਵੀ ਦੱਸਾਂਗਾ ਵੀ ਇਹ ਜਿਹੜੀ ਰਾਜਸਥਾਨ ਗੌਰਮੈਂਟ ਕਰਨੀ ਹੋ ਜਾਂ ਰਾਜਸਥਾਨ ਖੇਤੀਬਾੜੀ ਡਿਪਾਰਟਮੈਂਟ ਕਰਨੀ ਹੋ, ਹਨੂੰਮਾਨਗੜ੍ਹ ਦੇ ਵਿੱਚ ਇਹ ਨੋਟੀਫਿਕੇਸ਼ਨ ਇਸ਼ੂ ਹੋਇਆ ਜਿੱਥੇ ਜ਼ਿਆਦਾਤਰ ਮੇਰੀ ਫਸਲ ਆ ਜਿਹੜੀ ਖਰਾਬ ਹੋ ਰਹੀ ਆ। ਪਰ ਜਿਹੜੇ ਪ੍ਰਿਵੈਂਟਿਵ ਫੰਗੀਸਾਈਡ ਆ, ਚਾਹੇ ਕੋਪਰ ਸਲਫੇਟ ਆ, ਚਾਹੇ ਮਾਨਕੋਜੇਬਾ 12-63 ਆ, ਜਾਂ ਹੋਰ ਤਰ੍ਹਾਂ ਦੇ ਜਿਹੜੇ ਸਿਸਟੈਮਿਕ ਅਤੇ ਡਿਊਲ ਐਕਸ਼ਨ ਵਾਲੇ ਜਿਹੜੇ ਮਹਿੰਗੇ ਫੰਗੀਸਾਈਡ ਆ, ਜਿਵੇਂ ਪ੍ਰੈਕਸਰ ਵਗੈਰਾ ਜਾਂ ਹੋਰ ਤਰ੍ਹਾਂ ਦੇ ਵੀ ਆ ਚੁੱਕੇ ਨੇ ਮਾਰਕੀਟ ਦੇ ਵਿੱਚ, ਉਹ ਵੀ ਨਹੀਂ ਕੰਮ ਕਰਦੇ ਹੈਗੇ। ਹੈਡਲਾਈਨ ਜਿਹੜਾ ਫੰਗੀਸਾਈਡ ਆ ਪੁਰਾਣਾ ਵਾਸਵ ਦਾ, ਉਹ ਵੀ ਨਹੀਂ ਕੰਮ ਕਰਦਾ, ਕਿਉਂਕਿ ਜਦੋਂ ਪਲਾਂਟ ਸਟ੍ਰੈਸ ਦੇ ਵਿੱਚ ਆ, ਪਲਾਂਟ ਦੇ ਵਿੱਚ ਨਿਊਟ੍ਰੀਸ਼ਨ ਅਪਟੇਕ ਹੋ ਨਹੀਂ ਰਹੀ ਅਤੇ ਪਲਾਂਟ ਇੱਕ ਤਰ੍ਹਾਂ ਦਾ ਲੌਕ ਹੀ ਹੋ ਜਾਂਦਾ, ਉਹ ਉੱਪਰੋਂ ਵੀ ਨਹੀਂ ਅਪਟੇਕ ਕਰ ਸਕਦਾ ਅਤੇ ਨੀਚੋਂ ਵੀ ਨਹੀਂ ਕਰ ਸਕਦਾ। ਨੀਚੇ ਉਹਨੂੰ ਪ੍ਰੋਪਰ ਅਤੇ ਤੌਰ 'ਤੇ ਮੋਇਸਚਰ ਨਹੀਂ ਮਿਲਦਾ ਹੈਗਾ, ਪਾਣੀ ਨਹੀਂ ਮਿਲਦਾ ਹੈਗਾ, ਕਿਉਂਕਿ ਜੜ੍ਹ ਜਿਹੜੀ ਬੀਟੀ ਨਰਮੇ ਸਭ ਤੋਂ ਆਪਾਂ ਖਾਮੀ ਕਹਿ ਸਕਦੇ, ਜੜ੍ਹ ਬਹੁਤ ਛੋਟੀ ਆ, ਤਾਂ ਇਹ ਓਵਰ ਫਰੂਟਿੰਗ ਕਰਕੇ ਜਿਹੜੀ ਉਹ ਛੋਟੀ ਜਿਹੀ ਜੜ੍ਹ ਤੋਂ ਇੰਨਾ ਜ਼ਿਆਦਾ ਜਿਹੜਾ ਨਿਊਟ੍ਰੀਐਂਟ ਅਪਟੇਕ ਨਹੀਂ ਕਰ ਸਕਦਾ ਹੈਗਾ। ਜਿਹੜੀ ਮੈਂ ਤੁਹਾਨੂੰ ਯੂਰੀਆ ਦੀ ਗੱਲ ਕਹੀ ਆ, ਤੁਸੀਂ ਜ਼ਰੂਰ ਫੋਲੋਅਪ ਕਰਨੀ ਆ। ਪਾਣੀ ਆਪਾਂ ਹਰ 15-21 ਦਿਨ ਦੇ ਰਹੇ ਹਾਂ, ਪਾਣੀ ਦੇ ਨਾਲ ਤੁਸੀਂ ਇਹ ਯੂਰੀਆ ਜਿਹੜੀ ਹੈ 2 ਵਾਰ ਦੇ ਸਕਦੇ ਹੋ, ਤਾਂ ਕਿ ਤੁਹਾਡੇ ਖੇਤ ਦੇ ਵਿੱਚ ਲਗਾਤਾਰ ਜਿਹੜਾ ਪਲਾਂਟ ਆ ਉਹਦੀ ਤਾਕਤ ਬਣੀ ਰਹੇ। ਅਤੇ ਦੂਸਰਾ ਜਿਹੜਾ ਆਪਾਂ ਸਪਰੇਅ ਦੇ ਵਿੱਚ ਮਟੀਰੀਅਲ ਦੇਣਾ, 1 ਕਿਲੋ NPK 13-045, ਠੀਕ ਹੈ, 100-125-150 ਲੀਟਰ ਪਾਣੀ ਦੇ ਵਿੱਚ ਯੂਜ਼ ਕਰਨੀ ਆ। ਅਤੇ ਉਹਦੇ ਨਾਲ ਹੀ ਤੁਸੀਂ ਜਿੰਕ ਸਲਫੇਟ ਆ ਜਿਹੜਾ 400 ਗ੍ਰਾਮ ਤੱਕ ਯੂਜ਼ ਕਰ ਸਕਦੇ ਹੋ, 33% ਵਾਲਾ। ਵੈਸੇ ਮੈਂ ਚਿਲੇਟਡ ਨੂੰ ਪ੍ਰੈਫਰ ਕਰਦਾ, ਕਿਉਂਕਿ ਜਦੋਂ ਜ਼ਿਆਦਾ ਚੀਜ਼ਾਂ ਕੰਬਾਈਨ ਕਰ ਰਹੇ ਹਾਂ ਤਾਂ ਚਿਲੇਟਡ ਨੂੰ ਹੀ ਪ੍ਰੈਫਰ ਕੀਤਾ ਜਾਵੇ, 1 ਗ੍ਰਾਮ ਪ੍ਰਤੀ ਲੀਟਰ ਕਾਫੀ ਹੈ, ਸਫੀਸ਼ੀਐਂਟ ਆ। ਪਰ ਜਦੋਂ ਜਿੰਕ ਸਲਫੇਟ ਦੇਣਾ ਤਾਂ ਜਦੋਂ ਜ਼ਿਆਦਾ ਉਹਦੇ ਨਾਲ ਹੋਰ ਮਟੀਰੀਅਲ ਮਿਕਸ ਹੋ ਰਹੇ ਆ ਤਾਂ ਉਹ ਕੋਈ ਜ਼ਿਆਦਾ ਵਧੀਆ ਰਿਜ਼ਲਟ ਨਹੀਂ ਦੇਵੇਗਾ, ਜਾਂ ਕਿਤੇ ਕਿਤੇ
ਅਤੇ ਉਸ ਤੋਂ ਇਲਾਵਾ ਉਹਦੇ ਨਾਲ ਤੁਸੀਂ ਯੂਰੀਆ ਦੇ ਸਕਦੇ ਹੋ, ਅੱਧਾ ਕਿਲੋ ਤੋਂ ਲੈ ਕੇ ਡੇਢ ਕਿਲੋ ਤੱਕ ਤੁਸੀਂ ਯੂਰੀਆ ਦੇ ਸਕਦੇ ਹੋ ਆਪਣੇ ਖੇਤ ਦੀ ਕੰਡੀਸ਼ਨ ਦੇ ਹਿਸਾਬ ਦੇ ਨਾਲ। ਯੂਰੀਆ ਦੀ ਸਪਰੇਅ ਤੋਂ ਬਾਅਦ ਤੁਹਾਡੇ ਨਰਮੇ ਦੇ ਉੱਤੇ ਹਰਾਪਣ ਵੀ ਵਧੇਗਾ, ਸੈਪ ਦੀ ਵੈਲਿਊ ਵੀ ਵਧੇਗੀ, ਬੂਟਾ ਭਾਰਾ ਵੀ ਹੋ ਜਾਵੇਗਾ 5-6 ਦਿਨਾਂ ਦੇ ਵਿੱਚ, ਜਿਹੜੀ ਉਹਦੇ ਵਿੱਚ ਕਲੋਰੋਫਿਨ ਇਨਕਰੀਜ਼ ਹੋਣੀ ਆ, ਤਾਂ ਉਹਦੇ ਕਰਕੇ ਵੀ ਤੁਹਾਨੂੰ ਨੁਕਸਾਨ ਹੋ ਸਕਦਾ। ਪੈਸਟ ਨੂੰ ਬਹੁਤ ਜ਼ਿਆਦਾ ਕੰਟਰੋਲ ਕਰਨਾ, ਠੀਕ ਹੈ ਜੀ, ਕਿਉਂਕਿ ਪੈਸਟ ਇਸ ਸਮੇਂ ਦੇ ਵਿੱਚ ਸਿਰਫ ਚਿੱਟਾ ਮੱਛਰ ਹੀ ਆ ਸਕਦਾ। ਪੈਸਟ ਜੇ ਤੁਹਾਡੇ ਖੇਤ ਦੇ ਵਿੱਚ ਜ਼ਿਆਦਾ ਦਿਖ ਰਿਹਾ ਤਾਂ ਉਹਨੂੰ ਪਹਿਲਾਂ ਹੀ ਤੁਸੀਂ ਕੰਟਰੋਲ ਕਰ ਦੇਣਾ। ਜਿਹੜੇ ਕਿਸਾਨ ਭਰਾ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਰੱਖਦੇ ਆ ਵੀ ਆਪਾਂ ਮਹਿੰਗੀਆਂ ਸਪਰੇਹਾਂ ਕਰ ਲਈਆਂ, ਹੁਣ ਨਰਮੇ ਦੇ ਵਿੱਚ ਫਲ ਦਾ ਵੀ ਪਕਾ ਹੋ ਚੁੱਕਿਆ ਅਤੇ ਹੁਣ ਆਪਾਂ ਕੋਈ ਨੋਰਮਲ ਜਿਹਾ ਸਪਰੇ ਕਰ ਦਈਏ, ਜਾਂ ਖਟਾਰਾ ਨੂੰ ਪੰਗਾ ਲੈਂਦੇ, ਜਾਂ ਕਨਫੀਡੋਜ਼, ਜਾਂ ਬੂਪਰੋਫੈਜਨ, ਹੋਰ ਕੋਈ ਵੀ ਜਾਂ ਪੋਲੋ ਲੈਂਦੇ ਆ, ਜਿਹੜੀਆਂ ਇਹ ਦਵਾਈਆਂ ਇਹ ਖੁਸ਼ਕ ਹੈ, ਓਲਡ ਕੈਮਿਸਟਰੀ ਦੀਆਂ ਕਹਿ ਸਕਦੇ ਹਾਂ। ਜਿਹੜੀਆਂ ਨਵੀਆਂ ਜਿੰਨੀਆਂ ਵੀ ਹੈਗੀਆਂ ਉਹ ਵੀ ਇੱਕ ਤਰ੍ਹਾਂ ਪਲਾਂਟ ਨੂੰ ਕੀ ਹੈ, ਸਡਿਊਸਿਵ ਦਾ ਕੰਮ ਕਰਦੀਆਂ ਵੀ ਪਲਾਂਟ ਦੇ ਵਿੱਚ ਨਿਊਟ੍ਰੀਸ਼ਨ ਅਪਟੇਕ ਨੂੰ ਵੀ ਵਧਾ ਦਿੰਦੀਆਂ ਥੋੜ੍ਹਾ ਜਿਹਾ, ਪਲਾਂਟ ਨੂੰ ਇੱਕ ਨਸ਼ੇ ਦੇ ਤੌਰ 'ਤੇ ਕੰਮ ਕਰਦੀਆਂ। ਜਿਹੜੀਆਂ ਪਲਾਂਟ ਦੇ ਵਿੱਚ ਜਦੋਂ ਇਹਨਾਂ ਪੈਸਟ ਨੂੰ ਕੰਟਰੋਲ ਕਰਨਾ ਹੁੰਦਾ ਤਾਂ ਉਸ ਤੋਂ ਬਾਅਦ ਵੀ ਪਲਾਂਟ ਦੇ ਵਿੱਚ ਹਰਾਪਣ ਬਣਾਈ ਰੱਖਦੀਆਂ। ਇਸ ਤੋਂ ਇਲਾਵਾ ਜਿਹੜਾ ਮੈਗਨੀਸ਼ੀਅਮ ਆ ਉਹ ਵੀ ਦੇਣਾ ਜ਼ਰੂਰੀ ਆ, ਕਿਉਂਕਿ ਜਿਹੜੇ ਪੁਰਾਣੇ ਪੱਤੇ ਆ ਉਹਨਾਂ ਨੂੰ ਪ੍ਰੋਪਰ ਤੌਰ 'ਤੇ ਰੋਸ਼ਨੀ ਨਹੀਂ ਲੱਗਦੀ, ਜਾਂ ਉਹ ਬਰਨ ਹੋ ਜਾਂਦੇ ਆ, ਜਾਂ ਉਹਨਾਂ ਦਾ ਜਿਹੜਾ ਏਰੀਆ ਜਿਹੜਾ ਸਰਫੇਸ ਆ ਉਹ ਟੈਂਸ਼ਨ ਵੱਧ ਜਾਂਦੀ ਆ, ਉਹ ਜ਼ਿਆਦਾ ਕਰੜੇ ਹੋ ਜਾਂਦੇ ਆ। ਜਿਹੜੀਆਂ ਉੱਪਰਲੇ 2 ਫੁੱਟ ਦੀ ਜਗ੍ਹਾ ਬੂਟੇ ਨੂੰ ਧੁੱਪ ਲੱਗ ਰਹੀ ਆ, ਹਵਾ ਲੱਗ ਰਹੀ ਆ, ਉਸੇ ਨੇ ਹੀ ਜ਼ਿਆਦਾ ਭੋਜਨ ਤਿਆਰ ਕਰਨਾ, ਅਤੇ ਉਹਦੀ ਜਿਹੜੀ ਸੈੱਲ ਸਟਰਕਚਰ ਆ ਉਹ ਜ਼ਿਆਦਾ ਵਧੀਆ ਬਣੀ ਰਹੇ, ਤਾਂ ਉਹਨੂੰ ਮੈਗਨੀਸ਼ੀਅਮ ਦੇਣਾ ਵੀ ਜ਼ਰੂਰੀ ਆ। 1-1.5 ਕਿਲੋ ਪ੍ਰਤੀ ਕਿਲੋ ਹਿਸਾਬ ਦੇ ਨਾਲ, ਕਿੱਲੇ ਦੇ ਹਿਸਾਬ ਦੇ ਨਾਲ ਤੁਸੀਂ ਇੰਨਾ ਕੁ ਮੈਗਨੀਸ਼ੀਅਮ ਸਪਰੇਅ ਦੇ ਵਿੱਚ ਪਾ ਸਕਦੇ ਹੋ। ਇਹਨੂੰ ਤੁਸੀਂ ਕੰਬਾਈਨ, ਤੁਸੀਂ ਨੋਟੀਫਿਕੇਸ਼ਨ ਦੇਖ ਰਹੇ ਹੋ, ਜਿਹੜਾ ਇਹ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ, ਨੀਚੇ ਮੈਂ ਲਿੰਕ ਵੀ ਪਾ ਦੇਵਾਂਗਾ, ਇਹਨੂੰ ਜ਼ਰੂਰ ਦੇਖਿਓ, ਪੜ੍ਹਿਓ, ਅਤੇ ਤੁਸੀਂ ਵਿਚਾਰਿਓ ਆਪਣੇ ਖੇਤ ਦੇ ਵਿੱਚ ਹੋਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆ ਰਹੀ ਆ ਤਾਂ ਉਹ ਤੁਸੀਂ ਨੀਚੇ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ, ਮੈਂ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂ। ਵੀਡੀਓ ਨੂੰ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਕਰ ਲਿਓ, ਅਤੇ ਯੂਟਿਊਬ 'ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਆਉਣ ਵਾਲੀਆਂ ਦੀ ਵੀਡੀਓ ਦੇਖਣ ਦੇ ਲਈ ਬੈਲ ਆਈਕਨ ਵੀ ਕਲਿੱਕ ਕਰ ਲਿਓ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ 'ਤੇ ਪਹਿਲਾਂ ਸਭ ਤੋਂ ਮਿਲਦਾ ਰਹੇ। ਓਕੇ ਜੀ, ਕਿਸਾਨ ਵੀਰੋ ਧੰਨਵਾਦ।